ਸ੍ਰੀਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਕੂ ਬਲੌਗ ਦੇ ਵਿੱਚ। ਜਿੱਦਾਂ ਕਿ ਤੁਹਾਨੂੰ ਪਤਾ ਵੀ ਰਾਤ ਆਪਾਂ ਹੋਟਲ 'ਤੇ ਰੁਕੇ ਸੀਗੇ ਅਤੇ ਕਈ ਮਹੀਨੇ ਘਰੇ ਰਹਿਣ ਤੋਂ ਬਾਅਦ ਆਦਤ ਨਹੀਂ ਰਹੀ ਸਾਜਰੇ ਉੱਠਣ ਦੀ, ਅਤੇ 5 ਵਜੇ ਚੌਂਕੀਦਾਰ ਨੂੰ ਵੀ ਕਿਹਾ ਵੀ ਸਾਨੂੰ ਭਾਈ ਠਾਲ ਦੀ, ਅਤੇ ਉਹਨੇ ਤਾਂ ਚੱਲ ਵਿਚਾਰੇ ਨੇ ਠਾਲਤਾ ਸੀਗਾ, ਅਸੀਂ ਉੱਠ ਕੇ ਫਿਰ ਸੌਂ ਗਏ ਅਤੇ ਸਾਡੀ ਅੱਖ ਖੋਲ੍ਹੀ 8 ਵਜੇ ਅਤੇ 8 ਵਜੇ ਉੱਠ ਕੇ ਅਸੀਂ ਤੁਰ ਪਏ ਅਤੇ ਪ੍ਰਤਾਪਗੜ੍ਹ ਰਹਿ ਗਿਆ ਇੱਥੋਂ 20 ਕਿਲੋਮੀਟਰ। ਅਤੇ ਆਹ ਦੇਖੋ ਕਾਡੇ ਕਾਡੇ ਪੱਖੇ, ਓਏ ਇਹਨਾਂ ਨੂੰ ਕਹਿੰਦੇ ਆ ਟਰਬਾਈਨ, ਇਸਕੋ ਬੋਲਦੇ ਆ ਟਰਬਾਈਨ, ਇਹ ਸਾਰੇ ਉਹਦੇ ਪਰ ਲੱਗੇ ਹੋਏ ਆ ਪਹਾੜਾਂ ਪਰ, ਬਿਜਲੀ ਬਣਾਉਣ ਦੇ ਕੰਮ ਆਉਂਦੇ ਆ ਕਹਿੰਦੇ। ਦੇਖ ਲੈ ਕੁਝ ਵੀਡੀਓ ਬਣਾਈ ਨਹੀਂ ਕਿਉਂਕਿ ਰਸ਼ ਬਹੁਤ ਸੀਗਾ। ਅਤੇ ਹੁਣ ਇੱਥੋਂ ਆਪਣਾ ਸਫ਼ਰ ਹੈਗਾ 80 ਕੁ ਕਿਲੋਮੀਟਰ ਸਫ਼ਰ ਆ ਬਾਂਸਵਾੜੇ ਦਾ, ਬਸ ਘੰਟਾ ਡੇਢ ਘੰਟਾ ਲੱਗਣਾ ਆਪਾਂ ਨੂੰ। ਅਤੇ ਪਾਰਟੀ ਵਾਲੇ ਨੂੰ ਦੁਬਾਰਾ ਫੋਨ ਕਰਤਾ ਸੀਗਾ, ਉਹ ਮੈਨੂੰ ਲੱਗਦਾ ਹਲੇ ਸੁੱਤਾ ਹੀ ਉੱਠਿਆ। ਮੈਂ ਉਹਨੂੰ ਫੋਨ ਕਰਿਆ, ਮੈਂ ਕਿਹਾ ਜਦ ਪਹਿਲਾਂ ਫੋਨ ਕਰਿਆ ਤਾ ਨਾ, ਮੈਂ ਕਿਹਾ ਵੀ ਪ੍ਰਤਾਪਗੜ੍ਹ ਚਲਦੀ ਹਾਂ ਮੈਂ ਕਿਹਾ ਮੈਂ, ਤਾਂ ਕਹਿੰਦਾ ਠੀਕ ਆ ਆ ਜਾਓ, ਐਸੇ ਬੋਲ ਇੱਦਾਂ ਬੋਲ ਜੀਗੇ ਜਿਵੇਂ ਨੀਂਦ ਜੇ ਹੁੰਦਾ। ਥੋੜ੍ਹੀ ਦੇਰ ਬਾਅਦ ਫੋਨ ਫਿਰ ਫੋਨ ਆਇਆ, ਅਰੇ ਰਾਤ ਤੋਂ ਬੋਲ ਰਹੇ ਤੇ ਕਿ ਪ੍ਰਤਾਪਗੜ੍ਹ ਪਹੁੰਚਣੇ ਵਾਲੋ, ਅਬ ਬੋਲ ਰਹੇ ਹੋ ਕਿ ਭੀਲਵਾੜਾ। ਉਹ ਮੈਂ ਕਿਹਾ ਭੀਲਵਾੜਾ ਕਿਸੇ ਨੇ ਕਹਾ ਆਪਕੋ, ਮੈਂ ਕਿਹਾ ਮੈਂ ਤਾਂ ਪ੍ਰਤਾਪਗੜ੍ਹ ਅਰ ਕੀ ਆ। ਅੱਛਾ ਅੱਛਾ, ਮੇਰੇ ਕੋਲ ਲੱਗਾ ਭੀਲਵਾੜਾ ਉਹ, ਮੈਂ ਕਿਹਾ ਨਹੀਂ ਭੀਲਵਾੜੇ ਕਿੱਥੇ, ਭੀਲਵਾੜੇ ਤਾਂ ਕੱਲ੍ਹ ਦਿਨ 'ਚ ਤੇ ਅਸੀਂ। ਅਤੇ ਚਲੋ ਇੱਧਰ ਨਾ ਮੋਟਰਸਾਈਕਲ ਵਾਲਿਆਂ ਦਾ ਧਿਆਨ ਰੱਖਣਾ ਪੈਂਦਾ, ਇਹ ਤਾਂ ਵਾ ਐਂ ਅਨਿਆਨਿਆ ਵਾਂਗ ਵੀ ਬਸ ਨਾ ਇਹਨਾਂ ਨੇ ਅੱਗੇ ਦੇਖਣਾ ਨਾ ਪਿੱਛੇ ਦੇਖਣਾ, ਬਸ ਚੱਕ ਕੇ ਬੂਥਾ ਆ ਰੋਡ ਪਰ। ਗਿੰਦੇ ਦਾ ਫੋਨ ਆ ਗਿਆ ਵਿੱਚ, ਕਰੋ ਫਿਰ ਲੋਕੇਸ਼ਨ ਚੈੱਕ। ਐਂ ਲੱਗਦਾ ਜਿਹੜਾ ਫਿਲਮਾਂ ਵਾਲੇ ਵਿੱਚ ਆ ਕੇ ਫੋਟੋ ਸ਼ੂਟ ਬੜਾ ਵਧੀਆ ਹੋਵੇ ਉਰੇ। ਕਿਉਂ ਵੀ ਕੁਝ ਆ ਰਹੇ ਨਜ਼ਾਰੇ, ਫੁੱਲ ਬੜਾ ਫੁੱਲ ਹੈ।
ਬਾਈਪਾਸ ਤੇ ਆ ਤੇ ਆਪਾਂ ਨੇ ਪਰਲੇ ਪਾਸੇ ਜਾਣਾ ਤਾਂ ਸ਼ਹਿਰ ਦੇ ਇਸ ਕਰਕੇ ਹੁਣ ਉੱਪਰ ਨੂੰ ਜਾਣਾ ਪੈਣਾ ਆਪਾਂ ਨੂੰ ਤੇ ਇੱਥੇ ਹੁਣ ਹਾਈਵੇ ਆ ਜਾਊਗਾ ਹਾਈਵੇ ਫੜ ਕੇ ਆਪਾਂ ਨੇ ਫੇਰ ਇੱਧਰ ਜਾਣਾ ਆਪਾਂ ਜਾਣਾ ਸਿੰਟੈਕਸ ਮਿੱਲ ਕੋਲ ਇੱਥੋਂ ਪਤਾ ਕਰ ਲਾਂਗੇ ਕਿਸੇ ਤੋਂ ਗੱਡੀਆਂ ਸਾਰੀਆਂ ਇੱਧਰ ਹੀ ਨੂੰ ਆ ਰਹੀਆਂ ਖੁਸ਼ੀ ਭੇਜਿਆ ਪੇਪਰ ਲੈ ਕੇ ਅਤੇ ਫਿਰ ਦੇਖੋ ਕਿਆ ਬਣਦਾ ਹੁਣ ਕਦ ਕਰਦੇ ਹਾਂ ਖਾਲੀ ਅਤੇ ਮੈਂ ਨਾ ਆਪਣੇ ਪਿੱਛੇ ਇੱਕ ਮਿੱਲ ਆ ਧਾਗੇ ਵਾਲੀ ਅਤੇ ਉੱਥੇ ਆਇਆ ਤਾ ਜਿਸ ਟਾਈਮ ਮੈਂ ਗੱਡੀ ਸਿੱਖਦਾ ਤਾ ਅਤੇ ਡੈਡੀ ਨਾਲ ਆਇਆ ਸੀਗਾ ਮੈਂ ਅਤੇ ਹੁਣ ਮੈਨੂੰ ਦੇਖ ਕੇ ਯਾਦ ਆਈ ਮੈਂ ਕਿਹਾ ਉਹ ਇਹਦਾ ਮਿੱਲ 'ਚ ਆਏ ਸੀਗੇ ਆਪਾਂ ਅਤੇ ਚਲੋ ਮਿਲਦੇ ਹਾਂ ਤੁਹਾਨੂੰ ਗੱਡੀ ਖਾਲੀ ਕਰਕੇ ਹੁਣ ਆਵੇ ਮਿੱਤਰੋ ਸਵੇਰ ਦੀ ਸਾਨੂੰ ਸਾਈਕਲ ਨਹੀਂ ਦਿਖਾਈ ਮੈਂ ਸੋਚਿਆ ਸਾਈਕਲ ਵੀ ਦਿਖਾਏ ਦਈਏ ਅਤੇ ਗੱਡੀ ਕਹਿੰਦਾ ਵੀ ਉਹ ਉੱਥੇ ਲਾ ਦਿਓ ਉਹ ਸਾਹਮਣੇ ਕਹਿੰਦਾ ਵੀ ਕਰੇਨ ਮੰਗਾਉਂਦਾ ਮੈਂ ਅਤੇ ਇੰਨੇ ਬੈਠੋ ਤੁਸੀਂ ਮੈਂ ਕਿਹਾ ਬੈਠਣਾ ਕਿਉਂ ਇੰਨੇ ਅਸੀਂ ਨਾਸ਼ਤਾ ਕਰਕੇ ਆਵਾਂਗੇ ਅਸੀਂ ਕਚੌਰੀਆਂ ਖਾ ਕੇ ਆਵਾਂਗੇ ਰਾਜਸਥਾਨ ਦੀ ਮਸ਼ਹੂਰ ਉਹ ਡਿਸ਼ ਕਚੌਰੀਆਂ ਬਹੁਤ ਖਾਂਦੇ ਆ ਲੋਕ ਉਰੇ ਨਾਸ਼ਤਾ ਕਹਿੰਦੇ ਹਨ ਕਚੌਰੀਆਂ ਅਤੇ ਉਹ ਸਾਹਮਣੇ ਉਹ 'ਚ ਖਾਲੀ ਹੋਣੀ ਆ ਕੰਪਨੀ 'ਚ ਗੱਡੀ ਆਪਣੀ ਅਤੇ ਬੈਕ ਲੱਗ ਜਾਣੀ ਅਤੇ ਚੱਲਦੇ ਹਾਂ ਆਪਾਂ ਲੌਕ ਕਰਕੇ ਆ ਕਿਸੇ ਪੁਲਿਸ ਵਾਲੇ ਦੀ ਗੱਡੀ ਖੜੀ ਆ ਦੇਖ ਕੁਝ ਗੱਡੀ ਅੰਦਰ ਆ ਪਿੱਛੋਂ ਆ ਤਾਂ ਅੰਦਰ ਆ ਘੋੜੇ ਦੇ ਹੀ ਦੇਖਣਾ ਪੈਂਦਾ ਹੁੰਦਾ ਤਾਂ ਵੀ ਅੰਦਰ ਹੈ ਕਿ ਬਾਹਰ ਹੈ ਲਓ ਜੀ ਆ ਬੈਰੋ ਨਾਂ ਦਾ ਕਚੌੜੀ ਸੈਂਟਰ ਅਤੇ ਖੁਸ਼ੀ ਖਾ ਰਿਹਾ ਰਾਜਸਥਾਨ ਦੀ ਮਸ਼ਹੂਰ ਡਿਸ਼ ਕਚੌਰੀ ਤੁਸੀਂ ਆਹ ਗੱਲ ਬੜੀ ਉਹ ਇਹਨਾਂ ਦੀ ਹੈ ਨਾ ਚਮਚੇ ਨਹੀਂ ਦਿੰਦੇ ਹੈ ਨਾ ਹੱਥਾਂ ਨਾਲੇ ਖਾਣੀ ਪੈਂਦੀ ਆ ਹੈ ਨਾ ਆਪਾਂ ਨੂੰ ਆਉਂਦੀ ਆ ਘਿਣ ਜੀ ਬਿਨਾਂ ਚਮਚਿਆਂ ਦੇ ਇੱਧਰ ਸਾਰੇ ਨਿਆਣੇ ਲੱਗੇ ਆ ਸਭ ਹੱਥਾਂ ਨਾਲੇ ਖਾਂਦੇ ਆ ਬੜੀ ਤਕੜੀ ਦੁਕਾਨ ਆ ਕਹਿੰਦੇ ਕਚੌਰੀਆਂ ਨੂੰ ਗੇੜਾ ਦੇਣੇ ਤੋਂ ਬਾਅਦ ਹੁਣ ਜਲੇਬੀਆਂ ਖਾਈਏ ਮਿੱਠਾ ਖਾਵਾਂਗੇ ਉਹ ਪਈਆਂ ਦੋ ਪਲੇਟ ਬਹੁਤ ਆ ਦੋ ਪਲੇਟ ਮਿਰਚਾਂ ਐਨ ਤੂੰ ਐਂ ਕਢਾਏ ਆ ਨਾ ਮਿਰਚਾਂ ਨੇ ਤੇਰੇ ਇੱਧਰ ਬਾਈ ਰਾਜਸਥਾਨੀ ਮਿਰਚਾਂ ਬਹੁਤ ਖਾਂਦੇ ਆ ਮਿਰਚਾਂ ਵਾਲੇ ਤਾਂ ਨਾ ਤੂੰ ਕਢਾ ਕੇ ਰੱਖ ਲਿਆ ਇਹਨਾਂ ਨੂੰ ਕਹਿਣਾ ਪੈਂਦਾ ਵੀ ਭਾਈ ਮਿਰਚ ਘੱਟ ਪਾਇਓ ਅਸੀਂ ਮਿਰਚ ਨਹੀਂ ਜ਼ਿਆਦਾ ਖਾਂਦੇ ਹੁਣ ਜਲੇਬੀਆਂ ਲਈ ਕਿਹੜਾ ਨਮਕੀਨ ਨਮਕੂਨ ਸਾਰਾ ਕੁਛ ਆ ਗਰਮ ਨਹੀਂ ਹੈ ਹੈਂ ਸਾਡਾ ਕਾਲਾ ਜਿਹਾ ਪਤਾ ਨਹੀਂ ਕਾਹਤੇ ਆ ਜਾਂਦਾ ਤੂੰ ਹਾਂ ਹੁਣ ਆਇਆ ਚਿੱਟਾ ਗਰਮ ਗਰਮ ਮੈਨੂੰ ਤਾਂ ਐਂ ਤਾਂ ਮੈਂ ਕਿਹਾ ਕਿਤੇ ਗਰਮ ਆਉਣੀ ਆ ਹੈ ਬਹਿ ਜਾ ਇੱਧਰ ਆ ਜਾ ਹਾਂ ਖਾਣੇ ਖੂਣੇ ਦੀ ਅਕਲ ਨਹੀਂ ਹੈਗੀ ਇਹਨਾਂ ਨੂੰ ਖੰਡਾਉਂਦੇ ਜ਼ਿਆਦਾ ਖਾਂਦੇ ਘੱਟ ਆ ਚਲੋ ਜਲੇਬੀਆਂ ਖਾਂਦੇ ਹਾਂ ਫਿਰ ਮਿਲਦੇ ਹਾਂ ਸਾਨੂੰ ਓਏ ਮਿੱਤਰੋ ਰੱਸੇ ਤਰਪਾਲਾਂ ਖੋਲਦੀਆਂ ਅਤੇ ਕਰੇਨ ਆ ਗਈ ਆਪਣੇ ਕੋਲ ਅਤੇ ਦੋ ਮਸ਼ੀਨਾਂ ਤਾਰ ਕੇ ਆਪਾਂ ਵਿਹਲੇ ਬਾਬਾ ਕਹਿੰਦਾ ਲੱਕੜੀ ਨਹੀਂ ਰਖਾਈ ਥੱਲੇ ਮੈਂ ਕਿਹਾ ਉਹਨਾਂ ਨੇ ਤਰਪਾਲ ਮਸਾ ਪਾਈ ਆ ਲੱਕੜੀ ਦਾ ਕੱਚੇ ਰੱਖ ਕੇ ਦੇਣਗੇ ਉਹ ਬਾਉਣ ਟਰਾਂਸਪੋਰਟ ਵਾਲੇ ਨੂੰ ਕਰਦੇ ਹਾਂ ਫੋਨ ਕਰਕੇ
ਅੱਗੇ ਕਰ ਲਿਆ ਏ। ਹਾਂ ਜੇ ਇੱਥੋਂ ਉਹ ਕੱਕੜੀ ਦੀ ਹੋ ਗਈ ਕਿਉਂਕਿ ਉੱਪਰ ਉਹ ਆ ਨਹੀਂ ਰਹੀ ਸੀ ਨਾ ਇਹਨਾਂ ਦੀ ਮੋਟਰ। ਨਵੇਂ ਮਿੱਤਰੋ ਕਾਲੀ ਕਰਕੇ ਆਪਾਂ ਤੁਰਦੇ ਹਾਂ ਹੁਣ ਅਤੇ ਭਾੜਾ ਪਾ ਤਾ ਉਹਨਾਂ ਨੇ ਖਾਤੇ 'ਚ, ਕਹਿੰਦੇ ਵੀ ਖਾਤੇ 'ਚ ਪਾ ਦਾਂਗੇ, ਖਾਤਾ ਨੰਬਰ ਦੇ ਆਏ ਆਪਾਂ ਅਤੇ ਆਪਾਂ ਚੱਲਦੇ ਹਾਂ ਹੁਣ ਟਰਾਂਸਪੋਰਟ ਨਗਰ 'ਚ। ਉਹਦੇ ਸਮਾਨ ਤਾਂ ਨਹੀਂ ਰਹਿ ਗਿਆ ਕੋਈ, ਉਹ ਕੁੰਡੀ ਜਾਂਦੀ ਆ ਮੂਹਰੇ ਮੂਹਰੇ ਆਰ ਟੀ ਓ ਦੀ ਗੱਡੀ, ਸਾਲਾ ਖਾਲੀ ਗੱਡੀ ਆ, ਕਦੇ ਇਹਦਾ ਹੱਥ ਮਾਰਨ ਲੱਗ ਜਾਂਦਾ ਵੀ ਰੋਕ ਲਾ, ਹੈਂ ਕਦੇ ਕਹਿ ਦਿੰਦਾ ਵੀ ਹੱਥ ਦਾ ਇਸ਼ਾਰਾ ਕਰ ਦਿੰਦਾ ਵੀ ਜਾ, ਇਹਨਾਂ ਦਾ ਹੀ ਨਹੀਂ ਪਤਾ ਲੱਗਦਾ ਵੀ ਕਿਆ ਕਹਿਣਾ ਚਾਹੁੰਦੇ ਆ। ਖਾਲੀ ਗੱਡੀ 'ਤੇ ਤੁਸੀਂ ਕਿਆ ਭਾਲਦੇ ਆ, ਲਿਖਿਆ ਹੋਣਾ ਆਰ ਟੀ ਓ। ਡਰਦਾ ਮਾਰਾ ਬਾਤ ਨਹੀਂ ਕਰਦਾ, ਮੈਂ ਰੁਕਣ ਲੱਗਿਆ ਇਹ ਤਾਂ ਭਰੀ ਵਿੱਚ ਨਹੀਂ ਮਾਣ, ਤੂੰ ਹੁਣ ਤਾਂ ਵੇਰ ਵੀ ਖਾਲੀ ਹੈ। ਖਾਲੀ ਗੱਡੀ ਦੇਖ ਲਾ ਕਿਵੇਂ ਰਿੰਗ ਕੇ ਚੜ ਰਹੀ ਹੈ ਚੌਥੇ ਗੇਅਰ 'ਚ, ਭਰੀ ਵੀ ਚੜ ਜਾਂਦੀ ਉਰੇ ਨੂੰ ਹੈਂ, ਮੈਂ ਤਾਂ ਨਾ ਕਹਿਣਾ ਵੀ ਭਰੀ ਵੀ ਚੜ ਜਾਂਦੀ। ਆਪਾਂ ਪਹੁੰਚਣ ਵਾਲਾ ਕਿੱਥੇ ਕਿੱਥੇ ਪਹੁੰਚਣ ਵਾਲਾ ਬਾਈ, ਬੋਰਡ ਪੜ੍ਹ ਕੇ ਦੱਸਦਾ ਸਾਨੂੰ, ਕਿਉਂ ਜੇ ਤਾਂ ਪੱਕੇ ਚੱਲਦੇ ਹੋਈਏ ਫਿਰ ਤਾਂ ਪਤਾ ਹੋਵੇ। ਇੱਥੋਂ ਰਹਿ ਗਿਆ ਨੀਮੇੜਾ 110, ਪ੍ਰਤਾਪਗੜ੍ਹ 32 ਕਿਲੋਮੀਟਰ। ਚਲੋ ਪ੍ਰਤਾਪਗੜ੍ਹ ਪਾਰ ਕਰਕੇ ਮਿਲਦੇ ਹਾਂ ਤੁਹਾਨੂੰ, ਐਤਕੀ ਰਸਤਾ ਕੁਛ ਹੀ ਦੱਸੂਗਾ ਵੀ ਜਿੱਥੋਂ ਜਿੱਥੋਂ ਆਏ ਤੇ ਆਉਂਦੇ ਵੇ, ਕਿਉਂ ਕੁਝ ਦੱਸੂਗਾ। ਚਲੋ ਜੇ ਜੇ ਤਾਂ ਕਹਿ ਦਿਆ ਨਾ ਵੀ ਇੱਧਰ ਨੂੰ ਜਾਣਾ ਉਧਰੀ ਨੂੰ ਮੋੜ ਦੂ, ਜੇ ਕੁਛ ਹੋ ਗਿਆ ਕੇ ਪੁਲਿਸ ਵਾਲੇ ਰੋਕ ਲਿਆ ਤੈਨੂੰ ਛੱਡਣਾ, ਤੈਨੂੰ ਛੱਡਣਾ ਫਿਰ ਮੈਂ ਇਹਨੂੰ ਰੱਖ ਲੋ, ਇਹਨੇ ਉਹ ਕਰਿਆ ਤਾ ਮੈਨੂੰ ਤਾਂ ਰਸਤਾ ਦੱਸਿਆ ਤਾ ਜੀ ਵੀ ਇੱਧਰ ਨੂੰ ਜਾਣਾ, ਖਾਲੀ ਗੱਡੀ ਗੇਅਰ ਮੰਗੀ ਜਾਂਦੀ ਆ ਭਰੀ ਵੀ ਤਾਂ ਕਿੱਥੇ ਚੜ ਜਾਂਦੀ ਉਰੇ, ਨਾਕੇ ਦੇ ਵੰਡ ਤਾਂ ਚਲੇ ਜਾਊਗਾ ਹੈ ਨਾ ਤੈਨੂੰ। ਲਓ ਇੱਧਰੋਂ ਪ੍ਰਤਾਪਗੜ੍ਹ ਸ਼ਹਿਰ ਪਾਰ ਕਰ ਲਿਆ ਅਤੇ ਆਹ ਦੇਖੋ ਇਹ ਜਾਂਦਾ ਪੱਥਰ, ਇਹ ਇੱਦਾਂ ਆਉਂਦਾ ਆਪਣੇ ਘਰਾਂ 'ਚੋਂ ਲੱਗਣੇ ਤੋਂ ਪਹਿਲਾਂ ਅਤੇ ਇਹ ਹੁਣ ਕਾਰਖਾਨੇ 'ਚ ਜਾਊਗਾ, ਉੱਥੇ ਇਹਦੇ ਛੋਟੇ ਛੋਟੇ ਪੀਸ ਹੋਣਗੇ ਅਤੇ ਇਹਦੀ ਹੋਊਗੀ ਫਿਨਿਸ਼ਿੰਗ, ਫਿਨਿਸ਼ਿੰਗ ਤੋਂ ਬਾਅਦ ਇਹ ਵਿਕੂਗਾ। ਹੁਣ ਤਾਂ ਕੋਈ ਏ ਕੇ ਕੰਪਨੀ ਹੋਣੀ ਉਹਦਾ ਮਾਰਕਾ ਲੱਗਿਆ ਵਾ, ਉੱਥੇ ਜਾਊਗਾ। ਇਹ ਕਿਹੜਾ ਟਰੈਕਟਰ ਆਇਆ ਬਾਈ, ਇਹ ਨਵਾਂ ਹੀ ਕੱਢਿਆ ਮੈਨੂੰ ਲੱਗਦਾ ਕੋਈ ਜ਼ੁਲੂ। ਚਲੋ ਰੁਕਦੇ ਹਾਂ ਅੱਗੇ ਚਾਹ ਪਾਣੀ ਪੀਂਦੇ ਹਾਂ। ਲਓ ਜੀ ਮਿੱਤਰੋ ਆਪਾਂ ਪ੍ਰਤਾਪਗੜ੍ਹ ਮਿਲੇ ਸੀ ਤੁਹਾਨੂੰ, ਉਹਦੇ ਬਾਅਦ ਅਤੇ ਚਾਹ ਚੂ ਪੀਤੀ ਨਾ ਨਾਸਤਾ ਨੁਸਤਾ ਜਿਹਾ ਕਰਿਆ ਅਤੇ ਤੁਰ ਪਏ ਸੀਗੇ ਉੱਥੋਂ, ਅਤੇ ਹੁਣ ਪਹੁੰਚੇ ਆਪਾਂ ਨੇ ਬੇੜਾ।
ਨਹੀਂ ਬਹਿੜਾ ਤੇ 4 ਲਾਈਨ ਤੇ ਚੜ ਕੇ ਤੇ ਆਪਾਂ ਜਾਣਾ ਭੀਲਵਾੜੀ ਤੇ ਮਾਲ ਕੱਲ ਨੂੰ ਭਰੂਗਾ ਆਪਣਾ ਤੇ ਹੁਣ ਖਿੱਚ ਦਿੰਦੇ ਆ ਤੇ ਤੁਹਾਨੂੰ ਸਿੱਧਾ ਮਿਲਦੇ ਆ ਜਾ ਕੇ ਭੀਲਵਾੜੇ ਆਇਓ ਫਿਰ ਚੱਲੀਏ ਉੱਥੇ ਆਪਣੀ ਹਸਤੀ ਉੱਥੇ ਖੜੀ ਹੈ ਮਹਾਨ ਮਹਾਨ ਹਸਤੀ ਵੇਟ ਕਰ ਰਹੀ ਹੈ ਆਪਣਾ ਸ਼ਾਇਦ ਉਹਦੀ ਗੱਡੀ ਖਾਲੀ ਹੋਊਗੀ ਮੇਰੇ ਖਿਆਲ ਚਲੋ ਬਾਕੀ ਜਾ ਕੇ ਦੇਖਦੇ ਹਾਂ ਕਿਆ ਬਣਦਾ ਆਜੋ ਫਿਰ ਚੱਲੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹੁੰਚ ਗਏ ਆਪਾਂ ਗਿੰਦੇ ਕੋਲ ਹੁਣ ਅਸੀਂ ਹਾਂ ਸੋਵਾਂਗੇ ਸਵੇਰੇ ਜਾਵਾਂਗੇ ਗੱਡੀ ਕਾ ਉੱਥੇ ਲਾ ਲੈਂਦੇ ਭਾਜੀ ਦੋਵੇਂ ਹਾਂ ਇੱਕ ਜਗ੍ਹਾ ਲਾ ਲਾ ਲਓ ਮਿੱਤਰੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਭੀਲਵਾੜੇ ਅਤੇ ਗੱਡੀਆਂ ਲਾਉਂਦੇ ਹਾਂ ਸੈੱਟ ਕਰਕੇ ਛਕਦੇ ਹਾਂ ਪ੍ਰਸ਼ਾਦਾ ਪਾਣੀ ਟਾਈਮ ਹੋ ਗਿਆ 10 ਵੱਜਣ ਵਾਲੇ ਹਾਂ ਹਾਂ ਪਿੱਛੇ ਲਿਜਾ ਕੇ ਨਾ ਭਾਜੀ ਉਹ ਪਰਲੇ ਪਾਸੇ ਜਗ੍ਹਾ ਹੈਗੀ ਸਿੱਧੀਆਂ ਸਿੱਧੀਆਂ ਲਾ ਦਿੰਦੇ ਠੀਕ ਆ